ਇੰਡੀਆ ਨਿਊਜ਼। ਪਟਿਆਲਾ ਪੁਲਿਸ ਵੱਲੋਂ ਬੈਂਕਾਂ ਤੇ ਏਟੀਐਮ ਕਾਰਡ ਰਾਹੀਂ ਵੱਡੀਆਂ ਠੱਗੀਆਂ ਮਾਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਵੇਖੋ ਰਿਪੋਰਟ। ਪਟਿਆਲਾ ਪੁਲਿਸ ਵੱਲੋਂ ਇੱਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਬੈਂਕਾਂ ਤੇ ਏਟੀਐਮ ਰਾਹੀਂ ਵੱਡੇ ਪੱਧਰ ਤੇ ਠੱਗੀਆਂ ਮਾਰਦਾ ਸੀ। ਇਹਨਾਂ ਮੁਲਜ਼ਮਾਂ ਵੱਲੋਂ ਹੁਣ ਤੱਕ 1 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਜਾ ਚੁੱਕੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਕਿਲੋਆਂ ਦੇ ਹਿਸਾਬ ਨਾਲ ਸੋਨਾ, ਚੋਰੀ ਦੇ ਵਾਹਨ ਤੇ ਨਸ਼ਾ ਵੀ ਬਰਾਮਦ ਹੋਇਆ। ਫੜੇ ਗਏ ਇਹਨਾਂ ਮੁਲਜ਼ਮਾਂ ਵਿੱਚ 2 ਔਰਤਾਂ ਸਣੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾ ਚੁੱਕਿਆ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੋਈ ਮਾਸਟਰਮਾਈਂਡ ਸੀ, ਇਹਨਾਂ ਨੂੰ ਬੈਂਕ ਦਾ ਸਿਸਟਮ ਆ ਗਿਆ ਤੇ ਕਾਰਡ ਨੂੰ ਕਿਵੇਂ ਯੂਜ਼ ਕਰਨਾ ਉਹਦਾ ਆ ਗਿਆ, ਤੇ ਕਿਉਂਕਿ ਬੈਂਕ ਦੇ ਵਿੱਚ ਉਹਨਾਂ ਦਾ ਰਜਿਸਟਰਡ ਹੋ ਕੇ ਇਹਨਾਂ ਦਾ ਕਾਰਡ ਬਲੌਕ ਨਹੀਂ ਹੋ ਰਿਹਾ ਸੀ ਤੇ ਇਹਨਾਂ ਨੇ ਸ਼ਾਇਦ ਕੋਈ ਪਾਸਵਰਡ ਲੈ ਲਿਆ ਜਾਂ ਉਹਨਾਂ ਦੇ ਸਿਸਟਮ ਦਾ ਓਪਰੇਟਿੰਗ ਸਿਸਟਮ ਇਹਨਾਂ ਨੂੰ ਜਾਣੂ ਆ ਗਏ ਤੇ ਉਸੇ ਨੂੰ ਚਲਾ ਚਲਾ ਕੇ ਇਹਨਾਂ ਨੇ ਸਬਕ ਰੋਕ ਲਿਆ। ਨਸ਼ਾ ਤਸਕਰਾਂ ਨੇ ਕਹਿਰ ਮਚਾਇਆ ਹੈ। ਉੱਥੇ ਹੀ ਦੂਜੇ ਪਾਸੇ ਅਜਿਹੇ ਠੱਗਾਂ ਨੇ ਵੀ ਆਮ ਲੋਕਾਂ ਦੇ ਆਲੇ ਦੁਆਲੇ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ। ਭਾਵੇਂ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਿਸ ਲੱਖ ਦਾਅਵੇ ਕਰਦੀ ਹੈ, ਪਰ ਇਸ ਦੀ ਸੱਚਾਈ ਅੱਜ ਵੀ ਕੁਝ ਹੋਰ ਹੀ ਹੈ। ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਸੂਬੇ ਵਿੱਚ ਕਿਸ ਤਰ੍ਹਾਂ ਗੈਂਗਸਟਰ, ਚੋਰ, ਠੱਗ ਤੇ ਨਸ਼ਾ ਤਸਕਰ ਖੁੱਲ੍ਹੇ ਆਮ ਘੁੰਮ ਰਹੇ ਨੇ, ਜੋ ਆਮ ਲੋਕਾਂ ਲਈ ਨਵੀਆਂ ਮੁਸੀਬਤਾਂ ਖੜੀਆਂ ਕਰ ਰਹੇ ਨੇ, ਜੋ ਪੰਜਾਬ ਦੇ ਲੋਕਾਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।